ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਸਮੇਤ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਇਸ ਸਥਾਨ ਤੇ ਪਹੁੰਚੇ ਸਨ। ਅੰਮ੍ਰਿਤ ਵੇਲੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਜਿਸ ਸਮੇਂ ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਤੇ ਮੁਗਲ ਫੌਜਾਂ ਨੇ ਆਪਣੀਆਂ ਕਸਮਾਂ ਤੋੜ ਕੇ ਹੱਲਾ ਬੋਲ ਦਿੱਤਾ। ਸਿੰਘਾਂ ਨੇ ਵੀ ਮੂੰਹ ਤੋੜਵਾਂ ਜਵਾਬ ਦਿੱਤਾ ਤੇ ਇਸ ਧਰਮ ਯੁੱਧ 'ਚ ਭਾਈ ਉਦੇ ਸਿੰਘ ਤੇ ਅਨੇਕਾਂ ਸਿੰਘ ਸ਼ਹੀਦ ਹੋ ਗਏ ਤੇ ਇਸੇ ਸਮੇਂ ਜਿਹੜਾ ਸਰਸਾ ਨਦੀ ਦਾ ਪਾਣੀ ਵੀ ਚੜ੍ਹ ਗਿਆ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿਆ ਅਤੇ ਇਸੇ ਸਥਾਨ 'ਤੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਹੈ। ਦੱਸਦੇ ਆ ਬਈ ਗੁਰਦੁਆਰਾ ਸਾਹਿਬ ਵਾਲੇ ਸਥਾਨ 'ਤੇ ਇੱਥੋਂ ਤੱਕ ਜਿਹੜੀ ਸਰਸਾ ਨਦੀ ਹੁੰਦੀ ਸੀਗੀ ਜੋ ਕਿ ਹੁਣ ਪਿੱਛੇ ਹੋ ਗਈ ਆ। ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੱਸਦੇ ਵੀ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ। ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਸੀ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਦੇ ਨਾਲ ਭਾਈ ਮਣੀ ਸਿੰਘ ਸੀ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਬਾਬਾ ਉਦੇ ਸਿੰਘ ਸੀ ਅਤੇ ਬਾਬਾ ਅਜੀਤ ਸਿੰਘ ਸੀ ਜੋ ਮੇਨ ਗਵਾਹੀ ਕਰ ਰਹੇ ਸੀ। ਅਤੇ ਇਸੇ ਤਰ੍ਹਾਂ ਚੌਥੇ ਜਥੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਨਾਲ ਕੁਝ ਸਿੰਘ ਸਨ। ਠੀਕ ਆ, ਆਹ ਸੀ ਨਦੀ ਹੈ ਬਈ, ਇਹ ਹੁਣ ਅੱਛਾ ਪਹਿਲਾਂ ਇੱਥੇ ਸੀ, ਆਹ ਨਦੀ ਸੀ ਸਾਰੀ। ਹੋ ਜਾ ਓੜੀ ਲਓ ਜੀ, ਉਹ ਨਦੀ ਆ ਜੀ ਸਰਸਾ ਦੀ ਜਿੱਥੇ ਪਰਿਵਾਰ ਵਿਛੋੜਾ ਪਿਆ ਸੀ। ਪਹਿਲਾਂ ਇੱਥੇ ਸੀਗੀ ਜਿੱਥੇ ਗੁਰਦੁਆਰਾ ਸਾਹਿਬ। ਦੱਸਦੇ ਆ ਕਿ ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ ਕਿ ਤੁਸੀਂ ਕਿਲ੍ਹਾ ਛੱਡ ਦਿਓ ਅਤੇ ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ। ਪਰ ਸਿੰਘਾਂ ਦੇ ਕਹਿਣ 'ਤੇ ਗੁਰੂ ਸਾਹਿਬ ਨੇ ਇਸ ਕਿਲ੍ਹੇ ਨੂੰ ਛੱਡਿਆ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਕਿ ਜੋ ਪਹਾੜੀ ਰਾਜੇ ਨੇ ਇਹਨਾਂ ਨੇ ਆਪਣੀਆਂ ਸੌਹਾਂ ਤੋੜ ਦੇਣੀਆਂ ਅਤੇ ਇਹ ਪਿੱਠ ਪਿੱਛੇ ਵਾਰ ਕਰਨਗੇ। ਸੋ ਉਹੀ ਹੋਇਆ ਅਤੇ ਸਰਸਾ ਨਦੀ ਦੇ ਪਾਣੀ ਨੇ ਵੀ ਉਸੇ ਸਮੇਂ ਚੜ੍ਹਨਾ ਸੀ ਅਤੇ ਪਰਿਵਾਰ ਦਾ ਵਿਛੋੜਾ ਪੈਣਾ ਸੀ। ਸੋ ਇਸ ਜਗ੍ਹਾ 'ਤੇ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਸੀ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ। ਹੋਲਾ ਮਹੱਲਾ ਅਨੰਦਪੁਰ ਸਾਹਿਬ ਤੋਂ ਪਿੰਡ ਕਿਲੀ ਚਹਿਲ ਮੋਗਾ ਜ਼ਿਲ੍ਹਾ ਜੋ ਲੰਗਰ ਦੀ ਸੇਵਾ ਹਰ ਸਾਲ ਕਰਦੀ ਆ ਅਤੇ ਇਸੇ ਤਰ੍ਹਾਂ ਜਿਹੜੀ ਰਾਤ ਆ ਕੇ ਉਸ ਤੋਂ ਬਾਅਦ ਪਰਿਵਾਰ ਵਿਛੋੜਾ ਸਾਹਿਬ ਰੁਕਦੀ ਆ ਅਤੇ ਹੁਣ ਆਪਾਂ ਗੁਰਦੁਆਰਾ ਭੱਠਾ ਸਾਹਿਬ ਦੇ ਦਰਸ਼ਨ ਕਰਾਂਗੇ। ਇਸੇ ਤਰ੍ਹਾਂ ਬਣੇ ਰਹੋ। ਗੁਰਦੁਆਰਾ ਭੱਠਾ ਸਾਹਿਬ ਇਸ ਸਥਾਨ 'ਤੇ ਗੁਰੂ ਸਾਹਿਬ ਚਾਰ ਵਾਰ ਆਏ। ਇਹ ਸਥਾਨ ਕੋਟਲਾ ਨਿਹੰਗ ਰੂਪਨਗਰ ਵਿਖੇ
ਚੰਡੀਗੜ੍ਹ ਸੜਕ ਰੋਪੜ ਤੋਂ 1 ਮੀਲ ਦੀ ਦੂਰੀ 'ਤੇ ਹੈ। ਪਹਿਲੀ ਵਾਰ 1688 ਈਸਵੀ 1745 ਬਿਕਰਮੀ ਨੂੰ ਭੰਗਾਨੀ ਦੀ ਜੰਗ ਜਿੱਤ ਕੇ ਵਾਪਸ ਅਨੰਦਪੁਰ ਸਾਹਿਬ ਜਾਂਦਿਆਂ ਦੱਸਦੇ ਆ ਕਿ ਇੱਥੇ ਇੱਕ ਭੱਠਾ ਸੀ ਜਿੱਥੋਂ ਦੇ ਮਜ਼ਦੂਰਾਂ ਤੋਂ ਗੁਰੂ ਸਾਹਿਬ ਨੇ ਰੁਕਣ ਵਾਸਤੇ ਸਥਾਨ ਲਈ ਪੁੱਛਿਆ ਅਤੇ ਉਹਨਾਂ ਨੇ ਅਣਜਾਣਪੁਣੇ 'ਚ ਜਾਂ ਮਜ਼ਾਕੀਆ ਲਿਹਾਜ਼ 'ਚ ਕਹਿ ਲਓ ਭੱਠੇ ਵੱਲ ਜਿਹੜਾ ਇਸ਼ਾਰਾ ਕਰ ਦਿੱਤਾ ਅਤੇ ਗੁਰੂ ਸਾਹਿਬ ਨੇ ਘੋੜਾ ਜਿਹੜਾ ਭੱਠੇ ਵੱਲ ਹੀ ਕਰ ਦਿੱਤਾ। ਜੋ ਭੱਠੇ 'ਤੇ ਘੋੜੇ ਨੇ ਪੌੜ ਮਾਰੇ ਤਾਂ ਉਹ ਜਿਹੜਾ ਭੱਠਾ ਠੰਡਾ ਹੋ ਗਿਆ। ਜਦੋਂ ਇਸ ਗੱਲ ਦੀ ਖਬਰ ਚੌਧਰੀ ਨਿਹੰਗ ਖਾਂ ਨੂੰ ਹੋਈ ਤਾਂ ਉਹ ਗੁਰੂ ਸਾਹਿਬ ਕੋਲ ਆਏ ਅਤੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਅਤੇ ਆਪਣੇ ਕਿਲ੍ਹੇ ਵਿੱਚ ਲਿਜਾ ਕੇ ਗੁਰੂ ਸਾਹਿਬ ਦੀ ਸੇਵਾ ਕੀਤੀ ਅਤੇ ਦੂਜੀ ਵਾਰ ਨਿਹੰਗ ਖਾਂ ਦੇ ਲੜਕੇ ਆਲਮ ਦੀ ਮੰਗਣੀ 'ਤੇ ਆਏ। ਤੀਜੀ ਵਾਰ ਕੁਰੂਕਸ਼ੇਤਰ ਤੋਂ ਵਾਪਸੀ ਸਮੇਂ ਰੁਕੇ ਅਤੇ ਚੌਥੀ ਵਾਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਸਦਾ ਲਈ ਵਿਦਾ ਕਰਕੇ ਕਿਲ੍ਹਾ ਖਾਲੀ ਕਰਨ ਸਮੇਂ। ਇਹ ਸੀ ਜੀ ਗੁਰਦੁਆਰਾ ਭੱਠਾ ਸਾਹਿਬ ਅਤੇ ਹੁਣ ਆਪਾਂ ਅੱਗੇ ਦਰਸ਼ਨ ਕਰਾਂਗੇ ਗੁਰਦੁਆਰਾ ਕਤਲਗੜ੍ਹ ਸਾਹਿਬ। ਇਹ ਹੈ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ। ਇੱਥੇ ਸਾਰੇ ਨਾਲ ਨਾਲ ਗੁਰਦੁਆਰਾ ਸਾਹਿਬ ਨੇ ਚਮਕੌਰ ਦੀ ਗੜੀ ਇੱਥੇ ਸੀ ਜਿੱਥੇ ਜੰਗ ਹੋਈ ਸੀ ਅਤੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੇ ਜਿੱਥੇ ਜੰਗ ਕੀਤੀ ਅਤੇ 1.25 ਲੱਖ ਸੇ ਏਕ ਲੜਾਊ ਤਵੇ ਗੋਬਿੰਦ ਸਿੰਘ ਨਾਮ ਕਹਾਊਂ ਅਤੇ 5 ਪਿਆਰਾਂ ਵਿੱਚੋਂ ਜਿਹੜੇ 3 ਪਿਆਰੇ ਸੀਗੇ ਉਹ ਵੀ ਇਸੇ ਜਗ੍ਹਾ 'ਤੇ ਸ਼ਹੀਦ ਹੋਏ ਸੀ ਜੰਗ 'ਚ ਅਤੇ ਗੁਰੂ ਸਾਹਿਬ ਇੱਥੋਂ ਚਲੇ ਗਏ ਸੀ ਜਿਹੜੇ ਮਾਛੀਵਾੜੇ ਦੇ ਜੰਗਲਾਂ ਵਿੱਚ। ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਇੱਥੇ ਸ਼ਹੀਦ ਹੋਏ ਸੀ ਇਸ ਸਥਾਨ 'ਤੇ ਜਿਸ ਕਾਰਨ ਇਸ ਦਾ ਨਾਂ ਕਤਲਗੜ੍ਹ ਸਾਹਿਬ ਪਿਆ। ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਅਤੇ ਜਾਣੀ 3 ਪਿਆਰੇ ਜਿਹੜੇ ਸੀ ਦੱਸਦੇ ਇੱਥੇ ਸ਼ਹੀਦ ਹੋਏ ਸੀ ਅਤੇ 2 ਪਿਆਰੇ ਗੁਰੂ ਸਾਹਿਬ ਦੇ ਨਾਲ ਅੱਗੇ ਚਲੇ ਗਏ ਸੀ ਅਤੇ ਇਸੇ ਸਥਾਨ 'ਤੇ ਬੀਬੀ ਸ਼ਰਨ ਕੌਰ ਜੀ ਨੇ ਉਹਨਾਂ 3 ਪਿਆਰਾਂ ਦਾ ਜਿਹੜਾ ਸੰਸਕਾਰ ਕੀਤਾ ਸੀ। ਇਨ ਪੁੱਤਰਨ ਕੇ ਸੀ ਸਪੇ ਬਾਰ ਦੀ ਇਹ ਸੁਤਚਾਰ ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਅਤੇ ਉਹਨਾਂ ਨੂੰ ਜਿਹੜਾ ਉਵੇਂ ਹੀ ਸ਼ਹੀਦ ਹੋਏ ਜਿਵੇਂ ਉਸੇ ਤਰ੍ਹਾਂ ਛੱਡ ਕੇ ਜਿਹੜੇ ਅੱਗੇ ਚਲੇ ਗਏ ਸੀ। ਦੇਖੋ ਹੈ ਨਾ ਵੀ ਕਿੱਡਾ ਗੁਰੂ ਸਾਹਿਬ ਦਾ ਦਿਲ ਸੀ। 9 ਸਾਲ ਦੀ ਉਮਰ ਵਿੱਚ ਪਿਤਾ ਦੀ ਸ਼ਹੀਦੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਸਾਰਾ ਪਰਿਵਾਰ ਹੀ ਵਾਰਤਾ ਧਰਮ ਦੇ ਲਈ, ਸੱਚ ਦੇ ਲਈ। ਇਹ ਹੈ ਜੀ ਗੁਰਦੁਆਰਾ ਤਾੜੀ ਸਾਹਿਬ। ਦੱਸਦੇ ਆ ਕਿ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਨੂੰ 10 ਲੱਖ ਦੀ ਫੌਜ ਨੇ ਘੇਰਾ ਪਾ ਲਿਆ ਸੀ ਅਤੇ ਜਿੱਥੇ ਜੰਗ ਹੋਈ ਅਤੇ ਜਿੱਥੇ 3 ਪਿਆਰਿਆਂ ਦੀ
ਸ਼ਹੀਦੀ ਤੋਂ ਬਾਅਦ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਜਦੋਂ ਸਿੰਘਾਂ ਨੇ ਮਤਾ ਪਾਸ ਕੀਤਾ ਅਤੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਇੱਥੋਂ ਜਾਓ, ਤੁਹਾਡੀ ਕੌਮ ਨੂੰ ਬਹੁਤ ਜ਼ਰੂਰਤ ਆ। ਅਤੇ ਸਿੰਘਾਂ ਦੇ ਕਹਿਣ 'ਤੇ ਗੁਰੂ ਸਾਹਿਬ ਜਦੋਂ ਇੱਥੋਂ ਗਏ ਤਾਂ ਗੁਰੂ ਸਾਹਿਬ 3 ਵਾਰ ਤਾੜੀ ਮਾਰ ਕੇ ਗਏ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜੇ ਕਿਸੇ 'ਚ ਹਿੰਮਤ ਹੈ ਤਾਂ ਫੜ ਲੇ। ਸੋ ਅਨੰਦਪੁਰ ਸਾਹਿਬ ਤੋਂ ਵਾਪਸ ਆਉਂਦੇ ਹੋਏ ਜਿਹੜੀ ਸੰਗਤ ਆ, ਇਹ ਸਾਰੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਜਾਂਦੀ ਆ, ਅਤੇ ਮੈਨੂੰ ਵੀ ਇਸ ਵਾਰ ਮੌਕਾ ਮਿਲਿਆ। ਅਤੇ ਹੁਣ ਅਸੀਂ ਆ ਗਏ ਹਾਂ ਗੁਰਦੁਆਰਾ ਝਾੜ ਸਾਹਿਬ। ਜਦੋਂ 5 ਪਿਆਰਿਆਂ ਨੇ ਮਤਾ ਪਾਸ ਕੀਤਾ, ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਅਤੇ ਉਹਨਾਂ ਦੀ ਬੇਨਤੀ ਮੰਨਦੇ ਹੋਏ ਗੁਰੂ ਸਾਹਿਬ ਉੱਥੋਂ ਤਾੜੀ ਮਾਰ ਕੇ ਤੁਰੇ ਗੁਰਦੁਆਰਾ ਤਾੜੀ ਸਾਹਿਬ ਤੋਂ। ਤਾਂ ਇੱਥੇ ਆ ਕੇ ਜਦੋਂ ਇੱਕ ਦਰਖਤ ਸੀ ਝਾੜ ਦਾ, ਜਿੱਥੇ ਆ ਕੇ ਗੁਰੂ ਸਾਹਿਬ ਨੇ ਆਰਾਮ ਕੀਤਾ, ਉਸ ਸਥਾਨ 'ਤੇ ਹੈ ਗੁਰਦੁਆਰਾ ਝਾੜ ਸਾਹਿਬ। ਦਰਸ਼ਨ ਕਰੋ ਜੀ ਗੁਰਦੁਆਰਾ ਝਾੜ ਸਾਹਿਬ ਦੇ। ਬਾਕੀ ਜਿਹੜਾ ਇਹਦਾ ਸੰਖੇਪ ਇਤਿਹਾਸ ਆ ਉਹ ਤੁਸੀਂ ਇੱਥੋਂ ਪੜ੍ਹ ਸਕਦੇ ਹੋ, ਸਕਰੀਨਸ਼ੋਟ ਵੀ ਲੈ ਸਕਦੇ ਹਾਂ। ਹੁਣ ਅਸੀਂ ਆ ਗਏ ਜੀ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ। ਗੁਰਦੁਆਰਾ ਮਾਛੀਵਾੜਾ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਸਾਹਿਬ ਤੋਂ, ਚਮਕੌਰ ਦੀ ਗੜੀ ਤੋਂ ਚੱਲਦੇ ਚੱਲਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਆਏ। ਜੰਗਲੀ ਰਸਤੇ ਤੋਂ ਹੋਣ ਕਾਰਨ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚੋਂ ਜਿਹੜਾ ਖੂਨ ਵਗ ਰਿਹਾ ਸੀ, ਅਤੇ ਇੱਥੇ ਹੀ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਮਿੱਤਰ ਪਿਆਰੇ ਨੂੰ ਹਾਲ ਮਰੀਤਾਂ ਦਾ ਕਹਿਣਾ। ਅਤੇ ਇਸੇ ਜਗ੍ਹਾ 'ਤੇ ਹੀ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ, ਜੋ ਚਮਕੌਰ ਦੀ ਗੜੀ 'ਚੋਂ ਚੱਲਣ ਸਮੇਂ ਵਿਛੜ ਗਏ ਸਨ, ਉਹ ਇਸੇ ਸਥਾਨ 'ਤੇ ਗੁਰੂ ਸਾਹਿਬ ਨੂੰ ਆਣ ਕੇ ਮਿਲੇ ਸੀ। ਅਤੇ ਜਦੋਂ ਇਸ ਸਥਾਨ 'ਤੇ ਆਉਣ ਦਾ ਗੁਲਾਬ ਚੰਦ ਮਸੰਦ ਨੂੰ ਪਤਾ ਲੱਗਿਆ ਤਾਂ ਉਹ ਗੁਰੂ ਸਾਹਿਬ ਕੋਲ ਆ ਕੇ ਆਦਰ ਸਤਿਕਾਰ ਨਾਲ ਬੇਨਤੀ ਕਰਕੇ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਆਇਆ। ਅਤੇ ਘੋੜਿਆਂ ਦੇ ਸੌਦਾਗਰ ਭਾਈ ਗਣੀ ਖਾਂ ਅਤੇ ਭਾਈ ਨਵੀ ਖਾਂ ਉਹ ਵੀ ਮਾਛੀਵਾੜੇ ਦੇ ਹੀ ਰਹਿਣ ਵਾਲੇ ਸਨ। ਅਤੇ ਇੱਥੋਂ ਹੀ ਗੁਰੂ ਸਾਹਿਬ ਉੱਚਦੇ ਪੀਰ ਬਣ ਅਗਲੇ ਮਾਰਗ 'ਤੇ ਚੱਲਦੇ ਹਨ। ਜਦੋਂ ਗੁਰੂ ਸਾਹਿਬ ਉੱਚਦਾ ਪੀਰ ਬਣ ਇੱਥੋਂ ਚੱਲਦੇ ਹਨ ਅਤੇ ਉਹਨਾਂ ਦੀ ਪਾਲਕੀ ਨੂੰ ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਅਤੇ ਗਣੀ ਖਾਂ ਅਤੇ ਨਵੀ ਖਾਂ, ਇਹਨਾਂ ਚਾਰਾਂ ਨੇ ਹੀ ਗੁਰੂ ਸਾਹਿਬ ਦੀ ਪਾਲਕੀ ਨੂੰ ਚੁੱਕਿਆ ਸੀ। ਪਹਿਲੀ, ਪੰਜਵੀਂ, ਨੌਵੀਂ ਅਤੇ ਦਸਵੀਂ ਆਗਮਨ ਗੁਰਪੁਰਬ ਅਤੇ ਖਾਲਸੇ ਦਾ ਸਿਰਜਣਾ ਦਿਹਾੜਾ, ਵਿਸਾਖੀ ਅਤੇ ਸਾਲਾਨਾ ਜੋੜ ਮੇਲਾ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ। ਇਹ ਮਾਛੀਵਾੜਾ ਤਹਿਸੀਲ ਸਮਰਾਲਾ ਲੁਧਿਆਣਾ ਜ਼ਿਲ੍ਹੇ ਦਾ ਪ੍ਰਮੁੱਖ ਨਗਰ ਹੈ, ਜੋ ਲੁਧਿਆਣਾ ਚੰਡੀਗੜ੍ਹ ਮੇਨ ਸੜਕ ਤੋਂ ਸਮਰਾਲਾ ਮਾਛੀਵਾੜਾ ਲਿੰਕ ਸੜਕ 'ਤੇ ਲੁਧਿਆਣਾ ਤੋਂ 40 ਕਿਲੋਮੀਟਰ ਦੀ ਦੂਰੀ 'ਤੇ ਹੈ। ਅਤੇ ਮਾਛੀਵਾੜਾ ਬੱਸ ਸਟੈਂਡ ਤੋਂ ਗੁਰਦੁਆਰਾ ਚਰਨ ਕਮਲ
ਕੇਵਲ 500 ਮੀਟਰ ਦੀ ਦੂਰੀ 'ਤੇ ਹੈ। ਬਹੁਤ ਹੀ ਸੋਹਣਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ, ਦੂਰੋਂ ਨੇੜੋਂ ਸੰਗਤ ਆ ਕੇ ਦਰਸ਼ਨ ਕਰ ਰਹੀ ਆ। ਤੁਸੀਂ ਵੀ ਕਿਤੇ ਲੁਧਿਆਣਾ ਜ਼ਿਲ੍ਹੇ ਵਿੱਚ ਆਏ ਤਾਂ ਜ਼ਰੂਰ ਆਇਓ। ਸੋ ਹੁਣ ਆਪਾਂ ਦਰਸ਼ਨ ਕਰਦੇ ਹਾਂ ਜੀ ਦਰਬਾਰ ਸਾਹਿਬ ਦੇ। ਦੁਕਾਨ ਤੇ ਪੈਸੇ ਲੈ ਕੇ ਜਾਂਦੇ, ਕੋਈ ਖਾਲੀ ਹੱਥ ਨਹੀਂ ਜਾਂਦਾ। ਜਦੋਂ ਅਸੀਂ ਦੁਕਾਨ ਤੇ ਜਾਂਦੇ ਹਾਂ ਨਾ, ਖਾਲੀ ਦੁਕਾਨ ਤੋਂ ਬਾਅਦ ਅਸੀਂ ਤੁਹਾਨੂੰ ਮਿਲਣਾ ਕੁਝ ਨਹੀਂ, ਭਾਵੇਂ ਦੁਕਾਨ ਤੇ ਹੋਵੇ ਸਭ ਕੁਝ। ਜੇ ਪੈਸਾ ਕੋਲ ਨਹੀਂ ਦੁਕਾਨ ਤੋਂ ਕੁਝ ਨਹੀਂ ਮਿਲੇਗਾ, ਖਾਲੀ ਹੱਥ ਆਵਾਂਗੇ। ਜੇ ਪੈਸਾ ਕੋਲ ਹੈ ਤਾਂ ਸਭ ਕੁਝ ਲੈ ਕੇ ਆ ਜਾ।